लोकनाथ टीवी का स्पैशल प्रोग्राम लुकमा सच देख रहे हो तुसीं ते मैं हाँ सुखविंदर सिंह सिद्धू। प्रोग्राम दे विच लैके हाजिर हाँ कि पंजाब की कांग्रेस का आपसी काटो कलेश मिटाउण दे लई लगातार राहुल गांधी दे वल्लों मीटिंगां जारी ने। सोमवार तो लैके अज तक भी जिहड़ा सिलसिला लगातार जारी है। राणा गुरजीत समेत बहुत सारे वड्डे लीडर जिहड़े राहुल गांधी दे घर दे विच राहुल गांधी नूं मिल के आए ने ते उहनां मीटिंगां दा लुकमा सच जिहड़ा तुहाडे अगे इस प्रोग्राम दे राहीं पेश करन जा रहे हां। मेरे नाल जुड़े हुए ने साडे सीनियर पत्रकार प्रोफेसर मनजीत सिंह अणखी साहब। सब तो पहला करदे हां स्वागत ते बाद च करदे हां विचार चर्चा। अणखी साहब स्वागत है प्रोग्राम। धन्यवाद जी। अणखी साहब किवें देखदे हो राहुल गांधी दे नाल मीटिंगां करन तों बाद जिहड़े लीडर खास करके कैप्टन दे विरोधी धड़े दे मन्ने जांदे आ ਉਹ ਜਦੋਂ ਬਾਹਰ ਨਿਕਲਦੇ ਆ ਮੀਟਿੰਗ ਕਰਨ ਤੋਂ ਬਾਅਦ ਤੇ ਉਹਨਾਂ ਦੀ ਬਾਡੀ ਲੈਂਗੁਏਜ ਦੇਖ ਕੇ ਐਦਾਂ ਲੱਗ ਰਿਹਾ ਜਿਵੇਂ ਉਹਨਾਂ ਨੂੰ ਬਹੁਤ ਕੁਝ ਮਿਲ ਗਿਆ ਹੋਵੇ ਮੀਟਿੰਗ ਦੇ ਵਿੱਚੋਂ। ਕਿਵੇਂ ਦੇਖਦੇ ਹੋ ਕੀ ਲੱਗਦਾ ਬਾਡੀ ਲੈਂਗੁਏਜ ਦੇਖ ਕੇ? ਦੇਖੋ ਸਿੱਧੂ ਸਾਹਿਬ ਜੋ ਕੁਝ ਪਿਛਲੇ ਇਹ 15-20 ਦਿਨਾਂ ਤੋਂ ਘਟਨਾਕ੍ਰਮ ਜਿਹੜਾ ਤੇਜ਼ੀ ਨਾਲ ਵਾਪਰਦਾ ਪਿਆ ਔਰ ਖਾਸ ਤੌਰ ਤੇ ਪਿਛਲੇ 2-3 ਦਿਨਾਂ ਤੋਂ ਬਾਅਦ ਜਿਸ ਦਿਨ ਦੇ ਕੈਪਟਨ ਅਮਰਿੰਦਰ ਸਿੰਘ ਹੁਣੀ ਖਾਲੀ ਹੱਥ ਦਿੱਲੀ ਦਰਬਾਰ ਤੋਂ ਵਾਪਸ ਪਰਤੇ ਆ ਉਸ ਤੋਂ ਮਗਰੋਂ ਜਿਸ ਤਰੀਕੇ ਨਾਲ ਜਿਹੜੇ ਵਿਰੋਧੀ ਧਿਰ ਦੇ ਤੁਸੀਂ ਵਿਰੋਧੀ ਧਿਰ ਦੇ ਨਹੀਂ ਕਹਿ ਸਕਦੇ ਵਿਰੋਧੀ ਧਿਰ ਦੇ ਤਾਂ ਚਲੋ ਉਹ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਕਹਿ ਸਕਦੇ ਹਾਂ ਆਪਾਂ ਇਸ ਗੱਲ ਨੂੰ ਜੇਕਰ ਵਧੀਆ ਸ਼ਬਦਾਂ 'ਚ ਕਹੀਏ ਕਿ ਉਹ ਵਿਧਾਇਕ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਕਾਰੀ ਤੋਂ ਖੁਸ਼ ਨਹੀਂ ਸੀ ਹਾਂ ਜਦੋਂ ਉਹ ਮਿਲ ਕੇ ਬਾਹਰ ਆਉਂਦੇ ਆ ਤਾਂ ਉਹ ਬੜੇ ਚਲੋ ਤੁਹਾਡੇ ਕਹਿਣ ਅਨੁਸਾਰ ਤੁਹਾਡੇ ਸ਼ਬਦਾਂ ਦੇ ਮੁਤਾਬਕ ਬਕੌਲ ਤੁਹਾਡੇ ਕਿ ਬੜੇ ਵਧੀਆ ਤਰੀਕੇ ਨਾਲ ਬਾਹਰ ਆ ਰਹੇ ਆ ਤਾਂ ਕਹਿਣ ਦਾ ਅਰਥ ਇਹ ਆ ਕਿ ਇਹ ਜਿਹੜੀ ਸਪਸ਼ਟੀਕਰਨ ਜੋ ਤੁਸੀਂ ਤਸਵੀਰ ਪੇਸ਼ ਕਰ ਰਹੇ ਤਸਵੀਰ ਉਸੇ ਦਿਨ ਪੇਸ਼ ਹੋ ਗਈ ਸੀ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਨ ਨੂੰ ਮਿਲਿਆ ਵਾਪਸ ਪਹੁੰਚੀ ਸੀ। ਕਹਿਣ ਦਾ ਅਰਥ ਇਹ ਹੈ ਕਿ ਜਿਹੜੀਆਂ ਗੱਲਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਝੰਡਾ ਚੁੱਕਿਆ ਸੀ ਔਰ ਉਸ ਝੰਡੇ ਚੁੱਕਣ ਤੋਂ ਬਾਅਦ ਜਿਸ ਤਰੀਕੇ ਨਾਲ ਇੱਕ ਵਿਧਾਇਕਾਂ ਦੀ ਮੰਤਰੀਆਂ ਦੀ ਇੱਕ ਲਾਈਨ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਮਗਰ ਲੱਗਦੀ ਗਈ ਉਹਦੇ ਤੋਂ ਇਹ ਸਾਫ਼ ਤੌਰ 'ਤੇ ਤਸਵੀਰ ਸਪਸ਼ਟ ਹੋ ਜਾਂਦੀ ਹੈ ਸਿੱਧੂ ਸਾਹਿਬ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਪੰਜਾਬ ਕੈਬਨਿਟ ਦੇ ਵਿੱਚ ਮੌਜੂਦ ਸਨ। ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣ ਤੋਂ ਇਲਾਵਾ ਮੈਂ ਇੱਕ ਗੱਲ ਹੋਰ ਕਰਾਂ। ਦੇਖੋ ਸੁੱਖ ਸਰਕਾਰੀ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਔਰ ਕੁਝ ਹੋਰ ਮੰਤਰੀ ਜਿਹੜੇ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਕਿਚਨ ਕੈਬਨਿਟ ਦੇ ਮੈਂਬਰ ਸਨ ਠੀਕ ਆ ਜੀ ਔਰ ਖਾਸ ਤੌਰ 'ਤੇ ਉਹਨਾਂ ਦੇ ਖਾਸਮ ਖਾਸ ਕਈ ਵਾਰੀ ਮੰਨੇ ਜਾਂਦੇ ਸਨ ਔਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਸੈਕਿੰਡ ਮੁੱਖ ਮੰਤਰੀ ਨੇ ਪਰ ਜੇਕਰ ਉਹੋ ਜਿਹੇ ਵਿਅਕਤੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਹਾਈਕਮਾਨ ਦੇ ਸਾਹਮਣੇ ਭੁਗਤਦੇ ਨੇ ਇਹਦਾ ਅਰਥ ਇਹ ਆ ਕਿ ਉਹੋ ਜਿਹੇ ਹਾਲਾਤਾਂ ਦੇ ਵਿੱਚੋਂ ਕਿਸੇ ਕਿਹੋ ਜਿਹੀ ਸਥਿਤੀ ਨੂੰ ਭੋਗਣ ਵਾਸਤੇ ਮਜਬੂਰ ਹੋਣਗੇ ਜਿਹੜੇ ਇਸ ਸਥਿਤੀ ਵਾਸਤੇ ਸੋਚਦੇ ਸੀ ਕਿ ਕੋਈ ਬੰਦਾ ਅੱਗੇ ਲੱਗੇ ਕਹੀਂ ਆਪਣੇ ਮਨ ਦੀ ਜਿਹੜੀ ਗੱਲ ਆ ਆਪਣੀ ਜਿਹੜੀ ਮਨ ਦੀ ਅਸਲ ਸਥਿਤੀ ਆ ਉਹ ਲੋਕਾਂ ਦੇ ਸਾਹਮਣੇ ਪੇਸ਼ ਰੱਖੀ ਕਿਉਂਕਿ ਅੱਜ ਤੱਕ ਇਹ ਮੌਕਾ ਹੀ ਨਹੀਂ ਮਿਲਿਆ ਕਿ ਕਿਸ ਤਰੀਕੇ ਨਾਲ ਕੈਬਨਿਟ ਦੇ ਵਿੱਚ ਫੈਸਲੇ ਹੁੰਦੇ ਰਹੇ ਜਿਵੇਂ ਇੱਕ ਅਧਿਕਾਰੀ ਜਿਹੜਾ ਜਿਹਦੇ ਉੱਤੇ ਹਮੇਸ਼ਾ ਵਾਦ ਦਾ ਵਿਸ਼ਾ ਰਿਹਾ ਮੈਂ ਉਹਦਾ ਨਾਮ ਨਹੀਂ ਲਵਾਂਗਾ ਤੁਸੀਂ ਬੇਸ਼ੱਕ ਨਾਮ ਲੈ ਲਓ ਉਹ ਅਧਿਕਾਰੀ ਜਿਹੜਾ ਸੀ IAS ਅਫਸਰ ਰਿਟਾਇਰ ਅਧਿਕਾਰੀ ਆ ਔਰ ਉਹਦੇ ਕੋਲ ਜਿਹੜੀਆਂ ਪਾਵਰਾਂ ਸੀ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਪਾਵਰਾਂ ਜਿਹੜੀਆਂ ਉਹ ਵਰਤਦਾ ਸੁਰੇਸ਼ ਕੁਮਾਰ ਜੀ ਜੀ ਮੈਂ ਆਪਣੀ ਜ਼ਬਾਨ 'ਤੇ ਨਾਂ ਨਹੀਂ ਲਵਾਂਗਾ ਚਲੋ ਤੁਹਾਡੇ ਕਹਿਣ ਅਨੁਸਾਰ ਇਹੋ ਨਾਮ ਸੀ ਉਹ ਬੰਦਾ ਕਿਸ ਤਰੀਕੇ ਨਾਲ ਵਰਤਦਾ ਰਿਹਾ ਔਰ ਕਿਸ ਤਰੀਕੇ ਨਾਲ ਉਹਨੇ ਬੀਤੇ ਦਿਨ ਇੱਕ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਮੰਤਰੀ ਸੀ ਉਹਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਸਾਫ਼ ਸਪਸ਼ਟ ਨਿਰਦੇਸ਼ ਦਿੱਤੇ ਕਿ ਤੂੰ ਕੋਈ ਵੀ ਉਦਘਾਟਨ ਜਿਹੜਾ ਕਿਸੇ ਇਲਾਕੇ ਵਿੱਚ ਜਾ ਕੇ ਨਹੀਂ ਕਰਦਾ ਜਦੋਂ ਇਹ ਉਸ ਮੰਤਰੀ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਜਦੋਂ ਇਹ ਨਿਰਦੇਸ਼ ਸ਼੍ਰੇਸ਼ ਕੁਮਾਰ ਵੱਲੋਂ ਦਿੱਤੇ ਗਏ ਤਾਂ ਉਸ ਤੋਂ ਬਾਅਦ ਜਿਹੜੀ ਸਾਹਬੰਦੀ ਹੋਈ ਆ ਸਿੱਧੂ ਸਾਹਿਬ ਉਹ ਸਾਹਬੰਦੀ ਹੋਣੀ ਸੁਭਾਵਿਕ ਸੀ ਕਿ ਜੇਕਰ ਇੱਕ IAS ਅਫਸਰ ਰਿਟਾਇਰ ਅਧਿਕਾਰੀ ਸਰਕਾਰ ਨੂੰ ਚਲਾ ਰਿਹਾ ਜਿਹੜੀ ਸਰਕਾਰ ਪੰਜਾਬ ਸਰਕਾਰ ਚਲਾ ਰਿਹਾ ਤਾਂ ਉਸ ਤੋਂ ਮਗਰੋਂ ਤਾਂ ਫਿਰ ਵਿਰੋਧੀਆਂ ਦਾ ਜਿਹੜਾ ਇਕੱਠਾ ਹੋਣਾ ਸੁਭਾਵਿਕ ਸੀ ਉਸ ਅੰਮ੍ਰਿਤਸਰ ਦੇ ਲੱਗਦੇ ਜਿਹੜੇ ਮੰਤਰੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇਸੇ ਕਰਕੇ ਉਹਨਾਂ ਨੇ ਮਨਾ ਕਰਤਾ ਸੀ ਕਿ ਜੇਕਰ ਸੁਰੇਸ਼ ਕੁਮਾਰ ਕੈਬਨਿਟ ਦੀ ਮੀਟਿੰਗ 'ਚ ਬੈਠਣਗੇ ਤਾਂ ਅਸੀਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਨਹੀਂ ਆਵਾਂਗੇ ਨਹੀਂ ਇੱਥੇ ਸਿੱਧੂ ਸਾਹਿਬ ਉਸ ਮੰਤਰੀ ਦਾ ਨਾਮ ਮੈਂ ਨਹੀਂ ਲਵਾਂਗਾ ਉਹ ਮੰਤਰੀ ਇਹਨਾਂ ਮੰਤਰੀਆਂ ਦੇ ਵਿੱਚ ਉਹ ਮੰਤਰੀ ਨਹੀਂ ਸੀ ਪਰ ਇਹਨਾਂ ਦਾ ਦੋਸਤ ਜ਼ਰੂਰ ਸੀ ਉਸ ਮੰਤਰੀ ਨੇ ਬਿਲਕੁਲ ਠੀਕ ਤਰੀਕੇ ਨਾਲ ਜਿਹੜਾ ਆਪਣਾ ਇਸ਼ਾਰ ਆਪਣੇ ਯਾਰਾਂ ਦੋਸਤਾਂ ਨਾਲ ਕੀਤਾ ਵੇਖੋ ਸਾਹਬੰਦੀਆਂ ਬਿਲਕੁਲ ਹੋਣੀਆਂ ਸੁਭਾਵਿਕ ਨਹੀਂ ਕਿਉਂਕਿ ਜੇਕਰ ਤੁਹਾਡੀ ਗੱਲ ਹੀ ਨਹੀਂ ਸੁਣੀ ਜਾਣੀ ਤਾਂ ਜੇਕਰ ਇੱਕ ਦੋ ਗੱਲਾਂ ਨੇ ਇੱਕ ਬੰਦਾ ਪੜ੍ਹ ਕੇ ਆਇਆ ਲਿਖ ਕੇ ਆਇਆ ਇੱਕ ਬੰਦਾ ਸੰਵਿਧਾਨਕ ਮੁੱਦੇ 'ਤੇ ਲੋਕਾਂ ਦੇ ਦੁਬਾਰਾ ਚੁਣ ਕੇ ਆਇਆ ਤਾਂ ਮੁੱਦਾ ਇਹ ਹੈ ਇੱਕ ਬੰਦਾ ਆਪਣੀ ਕਾਬਲੀਅਤ ਸਿੱਖੇ
सामने आता तो दूसरा व्यक्ति लोगों के विश्वास सदका कमेटी के बहाल हों और गल जी सुनी जाए कि वह लोगों के विश्वास सदका चुने गए उम्मीदवार की नुमाइंदगी होनी चाहिए है जी नहीं सुनी गई। तो जो ये गल हुई तो उस करके उस तो बाद जी घटनाक्रम वापरे तो जो कुछ दिल्ली दरबार के अचक हो रहा वो यो सिका आ कि जो तुम वाग डोरा किसी होर के हाथ में पा दौ। सिद्धू साहब एक गल मैं होर गल करा कि जो तुम पता नहीं मेरी गलते किंतु परंतु ना करो मेरी गल सुन लियो कि जो महाराज रणजीत सिंह की डैथ होंगी है तो महाराज रणजीत सिंह की मौत तो बाद जो राज दरबार आ वो ध्यान सिंह डोगरे के हाथ आ जाता। ध्यान सिंह डोगरा महाराजा खड़क सिंह की डैथ होंगी है नौ निहाल की डैथ होंगी है तो सिद्धू साहब वो बेचारे जिहड़े खड़क सिंह महाराज रणजीत सिंह का जिहड़ा बेटा सी और नौ निहाल जिहड़ा उन्हां दा पोतरा सी वह डिपेंडेंट हो जाते हैं ध्यान सिंह डोगरे के सिर पर तो उस सिर्फ डिपेंडेंट होने मगरों सिख राज का जिहड़ा अंत आ वो अंत जिहड़ा महाराज रणजीत सिंह ने 40 साल के मतलब बड़ी मजबूती नाल महाराज रणजीत सिंह ने बनाया हुंदा ध्यान सिंह डोगरे करके खत्म हो जाता वह जे हालात सिद्धू साहब अज बन गए। कैप्टन अमरिंदर सिंह कांग्रेस के चलो बड़े वधिया नेता सन बड़ी दुनिया नू लैके चले जिस तरीके उन्होंने जिहड़े अंकित बांसले उन्होंने भी गल की पर जदों तुसीं असल मुद्दों तो भटक के अपनी वागडोर पूरी अपने सलाहकारां दे सिर ते पहुँचा दो और सलाहकारां दी गल सुनील जाखड़ ने भी गल की है सिद्धू साहब गल उही है कि सलाहकार चाहे ध्यान सिंह डोगरा होवे ते चाहे परतिंदर चाल होवे कोई भी हो सकते है नाश जिहड़ा राज दा होणा प्रश्न ये सी। इस गल जिहड़ा गंभीरता नाल समझो शायद कैप्टन अमरिंदर सिंह इस स्थिति तक पहुँचने वास्ते खुद जिम्मेवार ने जिन्होंने असल स्थिति में जाने नहीं तो सारिया वागडोर अपने सलाहकार हथ पहुँचाती तो वो सलाहकार जिस तरीके ने कहते सुनील जाखड़ ने गल की वह पुराने सलाहकार भी तो गुरमीत गुरजीत औजला ने कहा कि दसो नवे कि पुराने कि गल नवे ज पुराण की नहीं है। सिद्धू साहब गल ये मुकदी है कि तुम अपनी जिम्मेवारी जिस अहदे पर तुम विराजमान जी तुम अपनी जिम्मेवारी वफादारी नभा रहे जी बिल्कुल हम आप मीटिंग वाले पास आई जिहड़े जिहड़े लीडर मीटिंग तो बाहर निकल रहे हैं किहड़े किहड़े लीडर ने मीटिंगां कीतियां राहुल गांधी दे नाल ते अंदर गल्लां बातां की कुछ होईयां जिहदे करके बाहर बॉडी लैंग्वेज तो लग रहा कि भाई ये तो बड़े खुश होकर निकल रहे हैं बाहर जी। बिल्कुल तुहाडी गल दा मैं जवाब देना सिद्धू साहब गल उही है कि जिहड़े कैप्टन अमरिंदर सिंह की कार्यकारी तो खुश नहीं सन उन्हां दे विच तरत रजिंदर सिंह बाजवा सुख सरकारी आ कुछ होर मंत्री भी सन राणा जिहड़े उन्हां दे कैप्टन दे खास सीगे जीत भी खास सी तृप्तरिंदर बाजवा जिवें तुसीं कहो मुख्यमंत्री दे टाइप जां फिर सैकंड मुख्यमंत्री दे टाइप सुखविंदर सुख सरकारिया भी जिहड़े कैप्टन अमरिंदर सिंह दे बेहद करीबी सारे इह तिन्ने चारे मन्ने जांदे सी जी। बिल्कुल जदों उहनां बंदे दी सुणी ना गई तां अखीर जदों उह बंदे अज जां दो दिन दा जां तिन दिन दा जिहड़ा दौर शुरू हो रिहा राहुल गांधी नूं जिस तरीके नाल इत्थों अपनी ब्रीफिंग दे के आए ने और राहुल गांधी ने जिस तरीके दे नाल उहनां दी गल्लबात सुणी है और उन्हां दी बॉडी लैंग्वेज जिस तरीके तुहाडे शब्दां दे अनुसार जिस तरीके नाल वो बाहर आए ने उहदे असार इहो ही ने कि कैप्टन अमरिंदर सिंह होणा दी जिहड़ी स्थिति है हुण पहलां वाली वो हाई कमान दी नज़रां दे विच इहनां वाली नहीं रही। सिद्धू साहब एक गल मैं तुहानूं होर कहना कि इहदी स्थिति दे विच तुसीं इह वर्णन नहीं कीता तुहानूं इह प्रश्न पुछणा चाहीदा सी कि नवजोत सिंह सिद्धू कित्थे आ ਹਾਲਾਂਕਿ ਇਹ ਤੁਸੀਂ ਪ੍ਰਸ਼ਨ ਮੈਨੂੰ ਪੁੱਛਿਆ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਨੇ ਵੀ ਨਹੀਂ ਬੁਲਾਇਆ ਆਪਾਂ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਬਾਹਰ ਆਉਂਦੇ ਹਾਂ ਇੱਕ ਵਾਰੀ ਆਪਾਂ ਦੱਸ ਦਈਏ ਕਿ ਜਿਸ ਤਰੀਕੇ ਨਾਲ ਬਾਹਰ ਆ ਕੇ ਬਿਆਨਬਾਜ਼ੀਆਂ ਹੋਈਆਂ ਨੇ ਜਿਵੇਂ ਰਾਣਾ ਗੁਰਜੀਤ ਨੇ ਬੜੀ ਐਕਸਾਈਟਮੈਂਟ ਦੇ ਰਾਹੀਂ ਇਹ ਗੱਲ ਕਹੀ ਆ ਕਿ ਭਾਈ ਮੇਰੇ ਅੰਦਰ ਗੁਬਾਰ ਸੀ ਬੜੇ ਟਾਈਮ ਦਾ ਗੁਬਾਰ ਸੀ ਉਹ ਮੈਂ ਸਾਰਾ ਗੁਬਾਰ ਬਾਹਰ ਕੱਢਿਆ ਆ ਸਾਰੀਆਂ ਗੱਲਾਂ ਤੋਂ ਮੈਂ ਜਾਣੂ ਕਰਵਾਇਆ ਆਪਦੇ ਹਲਕੇ ਨਾਲ ਰਿਲੇਟਡ ਨਹੀਂ ਪੂਰੇ ਪੰਜਾਬ ਦੇ ਨਾਲ ਰਿਲੇਟਡ ਕਹਿੰਦੇ ਮੈਂ ਸਾਰੀਆਂ ਗੱਲਾਂ ਬਾਤਾਂ ਰਾਹੁਲ ਗਾਂਧੀ ਨੂੰ ਦੱਸਿਆ ਆ ਤੇ ਕਹਿੰਦੇ ਕਾਂਗਰਸ ਦੇ ਵਿੱਚ ਜਿਹੜਾ ਕੂੜਾ ਸੀ ਜਿਹੜਾ ਗੰਦ ਸੀ ਉਹ ਹੁਣ ਪੂਰੀ ਤਰ੍ਹਾਂ ਨਾਲ ਕਹਿੰਦੇ ਸਾਫ਼ ਹੋ ਜਾਣਾ ਤੇ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਕਹਿੰਦੇ ਬੜੇ ਜ਼ੋਰ ਸ਼ੋਰ ਨਾਲ ਜੀ ਬਿਲਕੁਲ ਬਿਲਕੁਲ ਉਹਨਾਂ ਦੀ ਬੜੀ ਗੱਲ ਦੀ ਗੱਲ ਕਰ ਰਹੇ ਜੀ ਜਿਹੜੀ ਸ਼ਬਦਾਵਲੀ ਉਹਨਾਂ ਨੇ ਵਰਤੀ ਇਹ ਸ਼ਬਦਾਵਲੀ ਤੇ ਜਿਹੜੇ ਅਨਡਾਇਰੈਕਟਲੀ ਜਿਹੜੇ ਦਿਸ਼ਾ ਜਾਂਦੇ ਆ ਉਹ ਕਿੱਧਰ ਜਾਂਦੇ ਆ ਉਹ ਸ਼ਾਇਦ ਨਵਜੋਤ ਸਿੱਧੂ ਵੱਲ ਜਾਂਦੇ ਆ। ਚਲੋ ਆਪਾਂ ਇਹ ਆਪਣੀ ਗੱਲ ਕਹਿ ਸਕਦੇ ਲੋਕ ਸਾਨੂੰ ਕਹਿ ਸਕਦੇ ਕਿ ਪਤਾ ਨਹੀਂ ਆਪਾਂ ਕਿਹੜੀ ਬਹਾਵ ਤੇ ਗੱਲ ਕਰ ਰਹੇ ਹਾਂ ਕਿਸੇ ਨੇ ਨਵਜੋਤ ਸਿੱਧੂ ਦਾ ਉੱਥੇ ਨਾਮ ਨਹੀਂ ਲਿਆ ਪਰ ਜਿਹੜੀ ਕਾਂਗਰਸ ਸਾਫ਼ ਸੁਥਰੀ ਕਾਂਗਰਸ ਕਿਉਂਕਿ ਸਾਫ਼ ਸੁਥਰੀ ਕਾਂਗਰਸ ਉਦੋਂ ਸੀ ਜਿਨ੍ਹਾਂ ਵਿੱਚ ਕਾਂਗਰਸੀ ਵਰਕਰਾਂ ਦਾ ਮੁੱਲ ਪਾਇਆ ਜਾਂਦਾ ਸੀ ਉਹਨਾਂ ਦੀ ਗੱਲ ਜਿਹੜੀ ਸੁਣੀ ਜਾਂਦੀ ਤੁਸੀਂ ਇਹ ਦੇਖੋ ਕਿ ਜੇਕਰ ਮਾਫ਼ ਕਰਨਾ ਮੈਂ ਤੁਹਾਨੂੰ ਟੋਕ ਰਿਹਾ ਕਿ ਜੇਕਰ ਮੈਨੂੰ ਤੁਹਾਡੀ ਗੱਲ ਦੀ ਨਾ ਸਮਝ ਲੱਗੀ ਤਾਂ ਫਿਰ ਦਰਸ਼ਕਾਂ ਨੂੰ ਲੱਗੇ
मैं एक गल भुल गया, तुसीं किहड़ी गल कह रहे हो कि इह गल राणा गुरजीत दे जिहड़े शब्द किहदे वाले पासे नूं जांदे आ? राणा गुरजीत दे जिहड़े शब्द ने जदों साफ सुथरी कांग्रेस दी उह गल कर रहे आ, तां साफ सुथरी कांग्रेस दे देण दे विच सिद्धू साहिब इस वेले कैप्टन अमरिंदर तों बाद दूजे नेता दा नाम जिहड़ा उभरदा नवजोत सिंह सिद्धू दा उभरदा, कोई दूजा नाम है नहीं। स्पष्ट शब्दां 'च मैं गल करां कि हाईकमान उत्तों जेब चो कढ के तां कोई लीडर पहचान नहीं सकती, राणा गुरजीत अपनी जेब चो कढ के कोई पता पेश कर नहीं सकता। तो जिस बंदे ने यह मूवमेंट नूं जिस इस मुहाज़ नूं शुरू किया उस मुहाज़ नाल नवजोत कौर सिद्धू नवजोत सिंह सिद्धू है। सो कहण दा भाव यह आ कि जिस तरीके नाल राणा गुरजीत ने खुशी के आधार चाण के यह गल की कि मन का गुबार कढ़िया, शायद उन्होंने अपने निजी जिहड़े मतभेद हो सकते हैं कैप्टन अमरिंदर सिंह होणा दे नाल, जिस तरीके नाल वह खड्डा का मसला जिहड़ा ਉਹ ਪਿਆ ਸੀ ਉਹ ਉਸ ਇਸ਼ੂ ਨੂੰ ਤੁਸੀਂ ਛੱਡ ਦਿਓ, ਉਹ ਕਹਾਣੀ ਅਲੱਗ ਹੋ ਸਕਦੀ ਹੈ। ਪਰ ਜਿਸ ਤਰੀਕੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਾਂ ਹੋਰਾਂ ਦੀ ਸਥਿਤੀ ਨੂੰ ਵਾਚਦੇ ਜੇ ਤੁਸੀਂ ਇਹ ਦੇਖੋ ਕਿ ਬੇਸ਼ੱਕ ਇਹ ਮੰਤਰੀ ਇਹ ਵਿਧਾਇਕ ਮੰਤਰੀਆਂ ਦਾ ਨਿਗਮਾਂ ਦੇ ਮੰਤਰੀ ਪਦ ਦਾ ਨਿਗਮਾਂ ਦੇ ਰਹੇ, ਦੂਸਰੇ ਬੰਨੇ ਇਹਨਾਂ ਨੂੰ ਦੋ ਕੈਪਟਨ ਅਮਰਿੰਦਰ ਸਿੰਘ ਹੋਣਾਂ ਤੋਂ ਬਾਅਦ ਸੈਕਿੰਡ ਮੁੱਖ ਮੰਤਰੀ ਮੰਨਦੇ ਰਹੇ। ਇਹਨਾਂ ਸਾਰੀਆਂ ਸਥਿਤੀਆਂ ਦੇ ਬਾਵਜੂਦ ਅਗਰ ਇਹ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ 'ਚ ਬੋਲਦੇ ਨੇ ਤਾਂ ਫਿਰ ਇਸਦਾ ਕਾਰਨ ਕੀ ਹੈ? ਕਾਰਨ ਇਹੋ ਹੀ ਆ ਕਿ ਜਿਹੜੀ ਘੁੱਟਣ ਦੀ ਸਥਿਤੀ ਹੈ, ਜਿਹੜੀ ਰਜਵਾੜਾਸ਼ਾਹੀ ਨੀਤੀ ਆ ਕਿ ਅਸੀਂ ਕਿਸੇ ਦੇ ਸਾਹਮਣੇ ਜੋ ਸਾਡੇ ਮੂੰਹ 'ਚੋਂ ਨਿਕਲਿਆ ਸ਼ਬਦ ਆ ਉਹ ਅਕੀਰੀ ਅਲਹਾਮ ਹੋਵੇਗਾ। ਕਹਿਣ ਦਾ ਅਰਥ ਇਹ ਆ ਕਿ ਜਿਹੜੀ ਘੁੱਟਣ ਦੀ ਸਥਿਤੀ ਸੀ ਪੰਜਾਬ ਕਾਂਗਰਸ ਕੈਬਨਿਟ ਦੇ ਵਿੱਚ, ਉਹ ਸਥਿਤੀ ਤੋਂ ਹੁਣ ਸਾਰੇ ਮੰਤਰੀ ਜਿਹੜੇ ਵਿਧਾਇਕ ਨੇ ਉਹ ਆਜ਼ਾਦ ਹੋਏ ਨੇ, ਔਰ ਇਹ ਝੰਡਾ ਜਿਹੜਾ ਚੁੱਕਿਆ ਗਿਆ ਉਹ ਉਹਨਾਂ ਵੱਲੋਂ ਚੁੱਕਿਆ ਗਿਆ, ਨਵਜੋਤ ਸਿੱਧੂ ਵੱਲੋਂ ਚੁੱਕਿਆ। ਜੇ ਨਵਜੋਤ ਸਿੱਧੂ ਨਾ ਪਾਉਂਦਾ ਸ਼ਾਇਦ ਇਹੋ ਜਿਹੀ ਸਥਿਤੀਆਂ ਕਦੇ ਵੀ ਸਾਹਮਣੇ ਨਾ ਆਉਂਦੀ। ਕੈਪਟਨ ਅਮਰਿੰਦਰ ਸਿੰਘ ਖੁਦ ਇਹ ਗੱਲ ਮੰਨਦੇ ਆ, ਕਹਿੰਦੇ ਕਿ ਸਾਰੇ ਫਸਾਦ ਦੀ ਜੜ੍ਹ ਨਵਜੋਤ ਸਿੰਘ ਸਿੱਧੂ ਹੈ। ਬਿਲਕੁਲ ਸਿੱਧੂ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਹੋਰ ਗੱਲ ਕਵਾਂ ਕਿ ਜੋ ਕੁਝ ਅੱਜ ਕਾਂਗਰਸ ਦੀ ਕਾਟ ਪੁਲਿਸ ਦੇ ਵਿੱਚ ਵਾਪਰਦਾ ਪਿਆ ਉਹਦੇ ਸੰਦਰਭ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਹਰਜਿੰਦਰ ਕੌਰ ਪੱਠਲ ਜਿਹੜੀ ਆ ਹਰਚਰਨ ਸਿੰਘ ਦੇ ਖਿਲਾਫ ਦਿੱਲੀ ਜਾਂਦੀ ਆ ਤਾਂ ਡਿਪਟੀ ਉਪ ਮੁੱਖ ਮੰਤਰੀ ਦਾ ਅਹੁਦਾ ਲੈ ਕੇ ਵਾਪਸ ਆ ਜਾਂਦੀ ਹੈ। 2002 ਦੇ ਵਿੱਚ ਬੀਬੀ ਰਜਿੰਦਰ ਕੌਰ ਪੱਠਲ ਫਿਰ ਜਾਂਦੀ ਹੈ ਅਤੇ ਕੈਪਟਨ ਦੇ ਵਿਰੋਧ ਦੇ ਵਿੱਚ ਫਿਰ ਡਿਪਟੀ ਉਪ ਮੁੱਖ ਮੰਤਰੀ ਦਾ ਅਹੁਦਾ ਵਾਪਸ ਲੈ ਕੇ ਆ ਜਾਂਦੀ ਹੈ। ਪਰ ਉਹ ਸਥਿਤੀਆਂ ਹੁਣ ਨਹੀਂ ਆ, ਉਹ ਸਥਿਤੀਆਂ ਤਾਂ ਹੁਣ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਉਹਨੂੰ ਦਿੱਤਾ ਗਿਆ ਪਰ ਉਸਨੇ ਸਵੀਕਾਰ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹ ਲੋਕ ਮੁੱਦਿਆਂ ਲੋਕ ਹਿੱਤਾਂ ਦੀ ਗੱਲ ਕਰਦਾ ਪਿਆ। ਕਹਿਣ ਦਾ ਅਰਥ ਇਹ ਆ ਕਿ ਹੁਣ ਲੜਾਈ ਜਿਹੜੀ ਨਾ ਤਾਂ 1992 ਤੋਂ ਲੈ ਕੇ 1997 ਵਾਲੀ ਆ, ਨਾ 2002 ਤੋਂ ਲੈ ਕੇ 2007 ਵਾਲੀ ਆ। ਹੁਣ ਲੜਾਈ ਜਿਹੜੀ ਇੱਕ ਅਲੱਗ ਤਰ੍ਹਾਂ ਦੀ, ਉਸ ਤੋਂ ਬਾਅਦ ਜਿਹੜੀ ਲੜਾਈ ਹੋਈ ਆ ਪ੍ਰਤਾਪ ਸਿੰਘ ਬਾਜਵੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਵਾਲੀ ਆ, ਨਾ ਹੀ ਹੋ ਰਹੀ ਆ ਸਥਿਤੀ। ਦੇਖੋ ਉਹ ਮੈਂ ਤਾਂ ਹੀ ਜ਼ਿਕਰ ਕੀਤਾ ਕਿਉਂਕਿ ਉਸ ਵਕਤ ਕਾਂਗਰਸ ਜਿਹੜੀ ਸੀ ਸੱਤਾ ਦੇ ਵਿੱਚ ਨਹੀਂ ਸੀ, ਕਿਉਂਕਿ ਆਮ ਤੌਰ 'ਤੇ ਇਹ ਸਮਝਿਆ ਜਾਂਦਾ ਰਿਹਾ ਕਿ ਜੇਕਰ ਗਏ ਨੇ ਇਹ ਅਹੁਦੇ ਲੈ ਕੇ ਵਾਪਸ ਆ ਜਾਣਗੇ। ਅਤੇ ਨਵਜੋਤ ਸਿੰਘ ਸਿੱਧੂ ਨੇ ਉਸ ਦਿਨ ਆਪਾਂ ਇੱਕ ਨਿੱਜੀ ਮੁਲਾਕਾਤ ਦੌਰਾਨ, ਤੁਸੀਂ ਮੇਰੇ ਨਾਲ ਸੀ, ਉਹਨਾਂ ਨਾਲ ਇੰਨੀ ਗੱਲ ਕਹੀ ਵੀ ਤੂੰ ਅੱਗੇ ਲੱਗ, ਮੈਂ ਤੇਰੇ ਪਿੱਛੇ ਲੱਗਣ ਨੂੰ ਤਿਆਰ ਹਾਂ, ਗੱਲ ਮੁੱਦਿਆਂ ਦੀ ਲੋਕ ਹਿੱਤਾਂ ਦੀ ਲੋਕ ਮੁੱਦਿਆਂ ਦੀ ਗੱਲ ਕਰ। ਤਾਂ ਕਹਿਣ ਦਾ ਅਰਥ ਆ ਸਿੱਧੂ ਸਾਹਿਬ ਹੁਣ 2002 ਵਾਲੀ ਹਾਲਾਤ ਨਹੀਂ, 1992 ਵਾਲੇ ਹਾਲਾਤ ਨਹੀਂ, ਹੁਣ ਹਾਲਾਤ ਜਿਹੜੀ ਹੈ ਕਿਸੇ ਫੈਸਲਾ ਕੋਲ ਲੜਾਈ ਦੀ। ਤਾਂ ਹੀ ਨਵਜੋਤ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਸ਼ਬਦਾਂ ਅਨੁਸਾਰ ਇਹ ਗੱਲ ਕਹੀ ਕਿ ਜਿੰਨਾ ਨੁਕਸਾਨ ਨਵਜੋਤ ਸਿੰਘ ਸਿੱਧੂ ਨੇ ਮੇਰਾ ਕੀਤਾ ਉਹਨਾਂ ਕਿਸੇ ਹੋਰ ਨੇ ਨਹੀਂ ਕੀਤਾ। ਸੋ ਇਸ ਕਾਰਨ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਹੋਣਾਂ ਦਾ ਨੁਕਸਾਨ ਹੋ ਰਿਹਾ ਉਹ ਨੁਕਸਾਨ ਉਹਨਾਂ ਦੀ ਆਪਣੀ ਕਾਰਜਕਾਰੀ, ਉਹਨਾਂ ਦੀ ਆਪਣੀ ਕਾਰਜਸ਼ੈਲੀ ਅਨੁਸਾਰ ਹੋ ਰਿਹਾ। ਹੁਣ ਅਹੁਦਿਆਂ ਦੀ ਜਿਹੜੀ ਭੁੱਖ ਆ ਉਹ ਬੜੀ ਪਿੱਛੇ ਰਹਿ ਗਈ। ਜੀ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਹੁਣ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਫੇਰ ਬਦਲ ਜੇਕਰ ਹੁੰਦਾ ਤਾਂ ਕੀ ਲੱਗਦਾ ਕਿ ਹੁਣ ਸਿਰਫ ਪ੍ਰਧਾਨਗੀ ਬਦਲੀ ਜਾਏਗੀ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ 22 ਦੇ ਵਿੱਚ ਮੁੱਖ ਮੰਤਰੀ ਵੀ ਬਦਲਿਆ ਜਾਊ? ਦੇਖੋ ਸਿੱਧੂ ਸਾਹਿਬ, ਇਹ ਬੜਾ ਵਧੀਆ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਪਰ ਇਹਦੇ ਪ੍ਰਸ਼ਨ ਦੇ ਉੱਤਰ ਦੇ ਵਿੱਚ ਮੈਂ ਕੋਈ ਜਲਦ ਜਵਾਬ ਨਹੀਂ ਦੇ ਸਕਦਾ ਕਿਉਂਕਿ ਜੋ ਜੇ ਪੰਜਾਬ ਦੇ ਲੋਕਾਂ ਦੇ ਆਧਾਰ 'ਤੇ ਮੈਂ ਗੱਲ ਕਰਾਂ ਤਾਂ ਲੋੜ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬਦਲਣ ਦੀ ਹੈ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਨੂੰ ਵੀ ਬਦਲਣ ਲਈ, ਕਿਉਂਕਿ ਜਿਸ ਤਰੀਕੇ ਨਾਲ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੇ ਜਾਂ ਵਾਅਦੇ ਕਰਕੇ ਉਹ ਵਾਅਦਾ ਇੱਕ ਵੀ ਪੂਰਾ ਨਹੀਂ ਹੋਇਆ, ਬੇਸ਼ੱਕ
ਉਹਨਾਂ ਦੇ ਆਪਣੇ ਜਿਹੜਾ ਕਾਂਗਰਸ ਦੀ ਰਿਪੋਰਟ ਕਾਰਡ ਆ 84% ਵਾਅਦੇ ਪੂਰੇ ਹੋ ਗਏ ਅਤੇ ਹਾਲਾਂਕਿ ਦੂਜੇ ਪਾਸੇ ਅਸਲੀਅਤ ਵਿੱਚ ਇੱਕ ਨਹੀਂ ਹੋਇਆ। ਦੂਜੇ ਬੰਨੇ ਸੁਨੀਲ ਜਾਖੜ ਦੀ ਗੱਲ ਤੁਸੀਂ ਕਰਦੇ ਜੀ, ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦੇ ਆ, ਸਾਰੇ ਕਾਂਗਰਸੀ ਵਿਧਾਇਕਾਂ ਨੂੰ ਜਾਂ ਵਰਕਰਾਂ ਨੂੰ ਇੱਕ ਪਾਤੇ ਨਹੀਂ ਲਿਆ ਸਕੇ, ਈਵਨ ਕਿ ਉਹ ਸੰਗਠਨ ਨੂੰ ਵੀ ਦੁਬਾਰਾ ਉਹਨੂੰ ਸੁਰਜੀਤ ਨਹੀਂ ਕਰ ਸਕੇ। ਸੋ ਕਹਿਣ ਦੀ ਲੋੜ ਸਿੱਧੂ ਸਾਹਿਬ, ਮੈਂ ਅੱਜ ਇੱਕ ਵਧੀਆ ਤਰੀਕੇ ਨਾਲ ਜੇ ਜਵਾਬ ਦੇਵਾਂ ਤਾਂ ਗੱਲ ਇਹ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪ੍ਰਧਾਨ ਨੂੰ ਵੀ ਬਦਲਣ ਦੀ ਲੋੜ ਆ ਅਤੇ ਮੁੱਖ ਮੰਤਰੀ ਨੂੰ ਵੀ ਬਦਲਣ ਦੀ ਲੋੜ। ਕਿਵੇਂ ਦੇਖਦੇ ਹੋ ਕਿ ਜਿਹੜੀਆਂ ਮੀਟਿੰਗਾਂ, ਹੁਣ ਆਖਰੀ ਸਵਾਲ ਹੈ, ਜਿਹੜੀਆਂ ਮੀਟਿੰਗਾਂ ਹੁਣ ਹੋ ਰਹੀਆਂ ਰਾਹੁਲ ਦੇ ਘਰ ਦੇ ਵਿੱਚ, ਉਹਦੀਆਂ ਜਿਹੜੀਆਂ ਰਿਪੋਰਟਾਂ ਲਿਖੀਆਂ ਜਾ ਰਹੀਆਂ ਕਿ ਆਪਾਂ ਦੇਖ ਸਕਦੇ ਹਾਂ, ਬਾਹਰ ਨਿਕਲ ਰਹੇ ਲੀਡਰਾਂ ਦੀ ਬੋਡੀ ਲੈਂਗੁਏਜ ਤੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੀਆਂ ਰਿਪੋਰਟਾਂ ਲਿਖੀਆਂ ਜਾ ਰਹੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਿਖੀਆਂ ਜਾ ਰਹੀਆਂ, ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੇ ਖਿਲਾਫ ਲਿਖੀਆਂ ਜਾ ਰਹੀਆਂ। ਜੀ ਬਿਲਕੁਲ, ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਸਿੱਧੂ ਸਾਹਿਬ, ਇਹ ਆਪਾਂ ਕੱਲ੍ਹ ਸ਼ਾਮ ਵੀ ਆਪਾਂ ਇਕੱਠੇ ਹੋਵਾਂਗੇ, ਉਹਦੇ ਅਨੁਸਾਰ ਆਪਾਂ ਪੂਰਾ ਦ੍ਰਿਸ਼ ਜਿਹੜਾ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਦਾਂਗੇ। ਪਰ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ, ਅੱਜ ਦੀ ਜਿਹੜੀ ਸਥਿਤੀ ਹੈ, ਜੋ ਕੁਝ ਰਾਹੁਲ ਗਾਂਧੀ ਦੀਆਂ ਮੀਟਿੰਗਾਂ ਵਿਧਾਇਕਾਂ ਮੰਤਰੀਆਂ ਨਾਲ ਹੋ ਰਹੀਆਂ ਨੇ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਗ੍ਰਾਫ ਜਿਹੜਾ ਆ ਉਹ ਥੱਲੇ ਡਿੱਗਦਾ ਜਾ ਰਿਹਾ। ਜੀ ਤਾਂ ਕੀ ਲੱਗਦਾ ਕਿ ਹੁਣ ਸਥਿਤੀ ਜਿਹੜੀ ਬਣੀ ਹੈ ਉਹ ਗਾਜ ਕੈਪਟਨ ਅਮਰਿੰਦਰ ਸਿੰਘ 'ਤੇ ਡਿੱਗੇਗੀ ਆਉਣ ਵਾਲੇ ਦਿਨਾਂ ਦੇ ਵਿੱਚ? ਇੰਨੀ ਜਲਦੀ ਸਿੱਧੂ ਸਾਹਿਬ ਨਹੀਂ ਹੋ ਸਕਦਾ, ਕਿਉਂਕਿ ਕਾਂਗਰਸ ਹਾਈਕਮਾਂਡ ਜਾਂ ਕੋਈ ਵੀ ਸਰਕਾਰ ਜਾਂ ਕੋਈ ਵੀ ਪਾਰਟੀ ਹੋਵੇ ਆਪਣੇ ਚੱਲਦੇ ਘੋੜੇ ਨੂੰ ਉਹਨਾਂ ਚਿਰ ਤੱਕ ਤਾਂ ਚਲਾਊਗੀ ਜਿੰਨਾ ਚਿਰ ਤੱਕ ਨਿਰਧਾਰਤ ਨਿਸ਼ਾਨੇ 'ਤੇ ਨਹੀਂ ਪਹੁੰਚ ਜਾਂਦਾ। ਨਿਰਧਾਰਤ ਨਿਸ਼ਾਨੇ ਦਾ ਭਾਵ ਇਹ ਆ ਕਿ ਸਮਾਬੱਧ ਸੀਮਾਬੱਧ, ਜਿਸ ਤਰ੍ਹਾਂ 4 ਸਾਲ 4 ਮਹੀਨੇ ਰਹਿ ਗਏ ਨੇ ਉਹ ਉਦੋਂ ਤੱਕ ਨਹੀਂ ਪਹੁੰਚ ਜਾਂਦੇ, ਪਰ ਕੈਪਟਨ ਅਮਰਿੰਦਰ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਘੱਟ ਕਰ ਦਿੱਤੀਆਂ ਜਾਣਗੀਆਂ। ਜਿਹੋ ਜਿਹੀਆਂ ਸ਼ਕਤੀਆਂ ਦਾ ਨਿਗੋ ਬੀਤੇ ਦੌਰ ਵਿੱਚ ਮੰਨਦੇ ਰਹੇ ਨੇ ਉਹੋ ਜਿਹਾ ਹੁਣ ਕੁਝ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਮੌਜੂਦਾ ਸਮੇਂ ਵਿੱਚ ਨਹੀਂ ਬਦਲਿਆ ਜਾਵੇਗਾ, ਇਹ ਗੱਲ ਪੱਕੀ ਹੈ, ਪਰ ਉਹਨਾਂ ਦੀ ਮਨ ਮਰਜ਼ੀ ਵੀ ਹਾਈਕਮਾਂਡ ਦੇ ਸਾਹਮਣੇ ਪੂਰੀ ਕਰਾਈ ਜਾਊਗੀ। ਇਹ ਟਰਮ ਜੀ ਜੀ ਬਿਲਕੁਲ, ਆਹ ਜਿਹੜਾ ਸਮਾਂ ਉਹਨਾਂ ਦੀ ਟਰਮ ਜਿਹੜੀ ਇਹ ਤਾਂ ਪੂਰੀ ਕਰਾਈ ਜਾਏਗੀ, ਪਰ ਨਹੀਂ, ਇਸ ਟਰਮ ਦੇ ਨਾਲ ਨਾਲ ਹੀ ਉਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਘੱਟ ਕਰ ਦਿੱਤੀਆਂ ਜਾਣਗੀਆਂ। ਜਿਸ ਤਰੀਕੇ ਨਾਲ ਅੱਗੇ ਹੁੰਦਾ ਸੀ ਨਹੀਂ ਕਿ ਕੈਪਟਨ ਹੈ ਤਾਂ ਕਾਂਗਰਸ ਆ, ਕਾਂਗਰਸ ਆ ਤਾਂ ਕੈਪਟਨ, ਹੁਣ ਉਹ ਜਿਹੜੀ ਸਥਿਤੀ ਆ ਇਹਨਾਂ 4 ਮਹੀਨਿਆਂ ਦੇ ਵਿੱਚ ਤੁਸੀਂ ਦੇਖਣਾ ਕਿਸ ਤਰੀਕੇ ਨਾਲ ਇਹ ਗ੍ਰਾਫ ਥੱਲੇ ਜਾਂਦਾ, ਬਾਕੀ ਜਿਹੜੀ ਸਥਿਤੀ ਉਹ ਕੱਲ੍ਹ ਸਪਸ਼ਟ ਹੋ ਜਾਵੇ। ਬਿਲਕੁਲ, ਤਾਂ ਕਿ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਹਨਾਂ ਦੇ ਵੱਲੋਂ ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਅੱਜ ਦੀਆਂ ਜਿਹੜੀ ਮੀਟਿੰਗ ਚੱਲ ਰਹੀ ਹੈ ਰਾਹੁਲ ਗਾਂਧੀ ਦੇ ਘਰੇ ਵੱਖ ਵੱਖ MLA ਮੰਤਰੀਆਂ ਅਤੇ ਹੋਰ ਵਿਧਾਇਕਾਂ ਜਾਂ MPs ਦੇ ਨਾਲ ਜਿਹੜੀਆਂ ਚੱਲ ਰਹੀਆਂ ਤਮਾਮ ਕਾਂਗਰਸ ਦੇ ਲੀਡਰਾਂ ਦੇ ਨਾਲ ਚੱਲ ਰਹੀਆਂ ਨੇ, ਉਸ ਦੇ ਅੰਦਰ ਕੀ ਕੁਝ ਗੱਲਬਾਤ ਹੋਈ ਹੈ ਉਹ ਇੱਕ ਗੱਲ ਜਿਹੜੀ ਹੈ ਅਣਖੀ ਸਾਹਿਬ ਨੇ ਸਾਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਵੱਲੋਂ ਦਿੱਤੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ, ਧੰਨਵਾਦ।